ਰਸਤਾ ਬਾਰਿਸ਼ ਹਲੇ ਹੁਣੇ ਹੁਣੇ ਬੰਦ ਹੋਈ ਆ ਹਲੇ ਮੀਂਹ ਪੈ ਕੇ ਹਟਿਆ ਠੰਡ ਬਹੁਤ ਅੱਜ ਅੱਜ ਇਹ ਹੈਗਾ ਕਿਸ਼ਨਪੁਰਾ ਰੋਡ ਕਿਸ਼ਨਪੁਰਾ ਰੋਡ ਹੀ ਨਾ ਕਿਸ਼ਨਪੁਰੇ ਦੀ ਤਰਫ ਜਾ ਰਿਹਾ ਆਪਾਂ ਜਲੰਧਰ ਬਾਰਿਸ਼ ਹੋ ਰਹੀ ਸੀਗੀ ਹੁਣੇ ਥੋੜ੍ਹੀ ਦੇਰ ਪਹਿਲਾਂ ਬਾਰਿਸ਼ ਹਲੇ ਹੁਣੀ ਹੁਣੀ ਬੰਦ ਹੋਈ ਜਾ ਰਹੀ ਕਿੰਨਾ ਕੁ ਟਾਈਮ ਹੋਇਆ ਆਉਣਾ ਭਾਜੀ ਕਿੰਨਾ ਕੁ ਟਾਈਮ ਹੋਇਆ ਭਲਾ ਅੱਠ ਵਜੇ ਅੱਠ ਵੱਜ ਗਏ ਆ ਰਾਤ ਨੂੰ ਏਦਾਂ ਦਾ ਨਜ਼ਾਰਾ ਵੀ ਪਿੱਛੇ ਗਾਣੇ ਚੱਲਦੇ ਪਏ ਆ ਪਤਾ ਨਹੀਂ ਕਿਹਦੇ ਗਾਣੇ ਆ ਸੁਲਤਾਨ ਦੇ ਸੁਲਤਾਨ ਹੀ ਆ ਰੈਪਰ ਆ ਮੇਰੇ ਖਿਆਲ ਸੁਲਤਾਨ ਸੁਲਤਾਨ ਬਾਈ ਸੁਲਤਾਨ ਬਾਈ ਕਿਸ਼ਨਪੁਰੇ ਵਾਲਾ ਏਰੀਆ ਇਸ ਟਾਈਮ ਲੋਕਾਂ ਦੇ ਰੋਟੀ ਰੋਟੀ ਦਾ ਟਾਈਮ ਹੋ ਗਿਆ ਨਾ ਛਤਰੀਆਂ ਹੱਥ 'ਚ ਫੜੀਆਂ ਆਪਾਂ ਕਦੀ ਵੀ ਬਾਰਿਸ਼ ਸ਼ੁਰੂ ਹੋ ਸਕਦੀ ਕੁਛ ਨਹੀਂ ਪਤਾ ਇੱਦਾਂ ਬਿਨਾਂ ਬਾਰਿਸ਼ ਤੋਂ ਥੋੜ੍ਹਾ ਲੋਕਾਂ ਦੀਆਂ ਨਜ਼ਰਾਂ ਇਹ 'ਚ ਆ ਜਾਂਦਾ ਨਾ ਇੱਦਾਂ ਮੋਬਾਈਲ ਫੜਿਆ ਉਦਣ ਮੀਂਹ ਪੈਂਦਾ ਸੀ ਕਦੋਂ ਕੋਈ ਧਿਆਨ ਵੀ ਨਹੀਂ ਦਿੰਦਾ ਸੀ ਨਾ ਹਾਂ ਨਹੀਂ ਉੱਦਾਂ ਵੀ ਬਾਈਕ ਬੁਈਕ ਵਾਲੇ ਵੀ ਦੌੜਨ ਦੀ ਪੀ ਜਾਂਦੀ ਘਰ ਪਹੁੰਚ ਜਾਂਦੀ ਮੀਂਹ 'ਚ ਇਹ ਹੈਗਾ ਆ ਕਿਸ਼ਨਪੁਰੇ ਵਾਲਾ ਰੋਡ ਇਹ ਨਵਾਂ ਰੋਡ ਬਣਿਆ ਬਿਲਕੁਲ ਚਮਕਦਾ ਭਾਈ ਹਿੰਦੀ ਮੇਂ ਬਾਤ ਕਰਨੇ ਕਾ ਪੰਜਾਬੀ ਨਹੀਂ ਹਿੰਦੀ ਵੀ ਬੋਲਣਾ ਚਾਹੀਏ ਨਾ ਸਭ ਕੋ ਸਮਝ ਆ ਜਾਏ ਦੇਖ ਪੰਜਾਬੀ ਤਾਂ ਪੰਜਾਬੀਆਂ ਨੂੰ ਸਮਝ ਆਈ ਜਾਣੀ ਹੈ ਪੰਜਾਬੀ ਜਿਹੜੇ ਹਿੰਦੀ ਵਾਲੇ ਬੰਦੇ ਆ ਉਹਨਾਂ ਨੂੰ ਨਹੀਂ ਸਮਝ ਆਉਣੀ ਠੀਕ ਆ ਪਰ ਜੇ ਮਾੜੀ ਮੋਟੀ ਹਿੰਦੀ ਬੋਲ ਲਾਂਗੇ ਤਾਂ ਪੰਜਾਬੀ ਵਾਲਿਆਂ ਨੂੰ ਤਾਂ ਸਮਝ ਆ ਜਾਣੀ ਆ ਬਟ ਹਿੰਦੀ ਵਾਲਿਆਂ ਨੂੰ ਵੀ ਆ ਜਾਏਗੀ ਥੋੜ੍ਹੀ ਬਹੁਤ ਸਮਝ ਠੀਕ ਹੈ ਨਾ ਆਪਣੀ ਹਿੰਦੀ ਹੈਗੀ ਤਾਂ ਇੱਦਾਂ ਕਹਿੰਦੇ ਵੀ ਆ ਬਟ ਫਿਰ ਵੀ ਥੋੜ੍ਹੀ ਬਹੁਤੀ ਚਲਾ ਲੈਂਦੇ ਗੁਜ਼ਾਰੇ ਚੋ ਕੀ ਅੱਜ ਨਿਕਲਦੀ ਨਹੀਂ ਪਈ ਮੂੰਹ 'ਚ ਹਿੰਦੀ ਅੱਜ ਪੰਜਾਬੀ ਹੀ ਨਿਕਲਦੀ ਆ ਇਹ ਵੀ ਚੱਕਰ ਆ ਵੀ ਅੱਜ ਇੱਕ ਲਫ਼ਜ਼ ਵੀ ਪੰਜਾਬੀ ਤੋਂ ਬਿਨਾਂ ਬਾਹਰ ਆਉਂਦਾ ਹੀ ਨਹੀਂ ਹਿੰਦੀ ਦਾ ਅੱਜ ਹਿੰਦੀ ਬੋਲਣੇ ਦਾ ਮੂਡ ਥੋੜ੍ਹਾ ਕਮ ਹੀ ਹੈ ਭਾਈ ਸਾਹਿਬ ਗਾੜੀ ਮਸਤ ਲੱਗ ਰਹੀ ਆ ਦੇਖਣੇ ਨੂੰ ਕੌਣ ਸਾ ਇਹ BMS ਸਪੈਸ਼ਲਸ ਇਹ ਕੌਣ ਸੀ ਗੱਲ ਭਾਈ ਫੋਰਚੂਨਰ ਪਿੱਛੇ ਆ ਗਈ ਫੋਰਚੂਨਰ ਭਾਈ ਸਾਹਿਬ ਓ ਹੋ ਧੀਰੇ ਧੀਰੇ ਇਤਨੇ ਜ਼ੋਰ ਸੇ ਹਾਰਨ ਰੁਕ ਜਾ ਦੌੜਾ ਹੀ ਜਾਂਦਾ ਵੇਟ ਤਾਂ ਕਰ ਲਓ ਹਮਾਰੀ ਭਾਈ ਸਾਹਿਬ ਗੱਡੀ ਦਾ ਹੋਰ ਨਹੀਂ ਬੜਾ ਤੇਜ਼ ਸੀਗਾ ਫੋਰਚੂਨਰ ਦਾ ਫੋਰਚੂਨਰ ਹੀ ਘੰਟੇ ਭਰ ਸੀ ਪੀਤਾ ਹੀ ਭੁੱਲ ਗਿਆ ਫੋਰਚੂਨਰ ਸੀ ਬਲੈਕ ਕਲਰ ਦੀ ਇਹ ਆ ਕਿਸ਼ਨਪੁਰੀ ਦਾ ਮਾਰਕੀਟ ਇਹ ਇੱਧਰ ਲਾਈਟੇ ਲੁਈਟੇ ਜਲ ਰਹੀ ਹੈ ਅਭੀ ਜੋ ਹੈ 8 ਵਜੇ ਕਾ ਟਾਈਮ ਥੋੜ੍ਹਾ ਅੰਧੇਰਾ ਹੋ ਗਿਆ ਜ਼ਿਆਦਾ ਇਸ ਲਈ ਅਭੀ ਟ੍ਰੈਫਿਕ ਥੋੜ੍ਹਾ ਕਮ ਹੈ ਠੀਕ ਜਾ ਰਹੀ ਹਿੰਦੀ ਮੇਰੀ ਲਾ ਵੀ ਹਿੰਦੀ ਦੀਆਂ ਲਾਰਾ ਬਾਰਾ ਕਰਤੀ ਆਪਾਂ ਦੇਖ ਪੰਜਾਬੀ ਬੋਲਣੀ ਤਾਂ ਸੌਖੀ ਹੋਈ ਆ ਭੈਣ ਪੰਜਾਬੀ ਦਾ ਬੋਲੀ ਪੰਜਾਬੀ ਦਾ ਕਹੀਂ ਸੱਟ ਲੱਗ ਗਏ ਅਸੀਂ ਤਾਂ ਪੰਜਾਬੀ ਨਿਕਲੀ ਉਹ ਹਿੰਦੀ ਕੱਢਣੀ ਔਖੀ ਆ ਥੋੜ੍ਹੀ ਹਿੰਦੀ ਸਾਡੇ ਲਈ ਇੰਗਲਿਸ਼ ਦੇ ਬਰਾਬਰ ਹੀ ਆ ਲਗਭਗ ਅਤੇ ਇੰਗਲਿਸ਼ ਸਾਡੇ ਲਈ ਬਸ ਸਮਝ ਲਓ ਵੀ ਇੰਨੀ ਕੁ ਲਾਗੇ ਆ ਭਾਈ ਜਿੰਨੀ ਕੁ ਇੱਥੋਂ ਦੁਨੀਆਂ ਦਾ ਦੂਜਾ ਕੋਨਾ ਇੰਨੀ ਕੁ ਲਾਗੇ ਆ ਇੰਗਲਿਸ਼ ਆਪਣੇ
फौजी ने तो हाईलाइट की थी है ना फौजी किन्ने पॉइंट आई तेरे भांडे खड़ गया ही सत्त पॉइंट और नहीं कुछ सत्त पॉइंट आई फौजी सत्त पॉइंट आए होंगे ना तेरे हाँ जगह जगह फोटो लगी होनी है फौजी साढ़े इंस्टीट्यूट तो बढ़िया सत्त पॉइंट आई फौजी साढ़ा कि पॉइंट आई किन्ने पॉइंट आई पक्का तो थोड़ी इंग्लिश कमेंट्री करो फिर अपने इंटरनेशनल व्यूवर जोड़िए फिर इंग्लिश बोलो जरा अपनी आईलैंड से जोर दिखाओ सत्त बैंड वाली ला इदा थोड़ी हूँ सत्त बैंड वाली इंग्लिश हो जाए माड़ी जी एक दो मिनट तक कमेंट्री करो फिर सत्त बैंड ले सत्त मिनट तक करो घट्टो घट्ट हिंदी भी ठीक है ना हिंदी ठीक है भाई साहब ये कौन सी शॉप है बाबा फैशन है ये हमारा आ गया कौन सा बैंक है पंजाब नेशनल बैंक ये हमारा पंजाब नेशनल बैंक ये सुबह खुलेगा ये साथ में एटीएम है कोई भी नहीं है यहाँ पे आज मंगलवार है भाई आज है मंगलवार आगे आ जाएगा किशनपुरा चौक यहाँ पे फूड कोर्ट है यहाँ पे आराम से कुछ भी खा सकते हैं नॉन वेज भी मिलता है भाई फौजी ये वैष्णो ढाबा है कृष्णा वेज वैष्णो ढाबा फास्ट फूड का है पता नहीं आज कैसी दिख रही होगी जे कोई वीडियो वूडियो दे रहा है मतलब कि दस दस दिन माड़ा मोटा तो कितना देखते पे सू पता लग जाए कितने तक पहुँचती पी है पता नहीं जानी भी कि नहीं देखनी भी कि नहीं किसी ने यार मेरे पैर च कुछ फस गया डोर डूर फस गई जी उसमें कुछ तुटका है आया निकल गया ये आ गया किशनपुरा चौक यहाँ पे पूरा फूड कोर्ट टाइप ही बने हुआ है ना बहुत कुछ खाने को मिलना जो मैं अभी खा रहा हूँ बर्गर अंडा बर्गर ये वो मंचूरियन बहुत लुक लगे आज बारिश करके थोड़ी रौनक मेला घट है नहीं बहुत ज़्यादा रौनक होती है आप सोचिए थोड़ा बारिश हुई है बारिश से शूट कर लेंगे बारिश बंद ही हो गई बारिश तो बंद हो गई थोड़ी देर में ये तो सड़क पूरी गीली गीली है ये हम सिर्फ इसलिए बना रहे हैं कि जलंधर रात को देख सके कैसा दिखता है क्योंकि मैंने ऐसी वीडियोस देखी हैं लोग ज़्यादातर बाहर ही बनाते हैं फॉरेन कंट्रीज की तो इंडिया में नहीं नहीं आप हाँ क्रॉस वो वहाँ फाटक तक जा गया ये पूरा देखते हैं आज पहले नहीं कभी गया पहले गया नहीं कभी तुम काहे नहीं सोए क्या करते रहते हो भाई साहब क्यों डा काहे सोया क्यों नहीं क्या करता रहा भैया ये आ गया किशनपुरा चौक ठीक है यहाँ पे पहले लाइट्स लगाई थी रेड लाइट ग्रीन लाइट वो उखाड़ ही थी चलनी बंद हो गई थी फिर उखाड़ ही उन्होंने ठीक करने के लिए यह पूरा मार्केट किशनपुरा चौक का यहाँ पे बहुत खाने पीने का सामान बहुत पीछे ढाबा भी है ये सामने से गाड़ी आ रही थी कार है कार देखती है पब्लिक देख रही है पब्लिक ऐसे देख रही है जैसे पता नहीं क्या हो रहा है पूरा मस्त दिख रहा है फौजी इसमें
ਜਿੰਨੀ ਲੰਬੀ ਬਣਾਓਗੇ ਉਨੀ ਲੰਬੀ ਇਹ ਪਾਣੀ ਵਿੱਚ ਹੋਣੀ ਆ, ਫਿਰ ਥੱਲੇ ਰੱਖ ਦੇਣੀ ਆ। ਕੋਈ ਨਹੀਂ, ਪਰ ਡਾਇਰੈਕਟ ਇੱਧਰ ਪਾ ਦੇਣੀ ਸਿੱਧੀ। ਅੱਜ ਥੋੜ੍ਹਾ ਟ੍ਰੈਫਿਕ ਕਮ ਨਹੀਂ ਹੈ? ਨਹੀਂ, ਉਦਣ ਆਪਾਂ ਮੀਂਹ 'ਚ ਬਣਾਈ ਤਾਂ ਬਹੁਤ ਟ੍ਰੈਫਿਕ ਹੋਇਆ, ਰਸ਼ ਵੇਲੇ ਗੱਡੀਆਂ। ਅੱਜ ਐਕਚੁਅਲੀ ਨਾ ਟਾਈਮ ਹੋ ਗਿਆ ਜ਼ਿਆਦਾ, ਅੱਜ ਵੱਜ ਗਿਆ 8, ਕਰ ਦਈਏ ਬੰਦ ਫਿਰ।